ਸਿਰਸਾ ਸਿੰਘ ਬਟੋਹਾ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਚੈਲੰਜ ਕੀਤਾ ਵੀ ਆਪਾਂ ਮੁੱਦਿਆਂ ਦੇ ਉੱਤੇ ਬਹਿਸ ਕਰ ਲਈਏ, ਜੇ ਮੈਂ ਮੁੱਦਿਆਂ ਤੋਂ ਘੱਟ ਗਿਆ ਹੱਕ, ਜੇ ਮੈਂ ਹਾਰ ਗਿਆ ਤਾਂ ਮੈਂ ਮੁੱਦਾ ਛੱਡਾਂਗਾ। ਸਿਰਸਾ ਸਿੰਘ ਬਟੋਹਾ ਨੂੰ ਖੁੱਲ੍ਹਾ ਚੈਲੰਜ ਆ, ਖੁੱਲ੍ਹਾ ਚੈਲੰਜ ਆ ਮੰਦਬੁੱਧੀ ਬੰਦੇ ਨੂੰ ਕਿ ਤੂੰ ਆਪਦਾ ਥਾਂ ਜਗ੍ਹਾ ਤੇਰੀ ਨੂੰ ਟਾਈਮ ਤੇਰਾ ਹੋ, ਮੀਡੀਆ ਤੇਰਾ ਹੋ, ਜਿੱਥੇ ਕਹੇਗਾ ਤੇਰੇ ਬਾਲ ਨੂੰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਸਾ, ਸਾਰੇ ਮੀਡੀਆ ਨੂੰ ਕਹੋ ਆਪਣਾ ਖੁੱਲ੍ਹਾ ਚੈਲੰਜ ਆ ਸਿਰਸਾ ਸਿੰਘ ਬਟੋਹਾ ਨੂੰ, ਖੁੱਲ੍ਹਾ ਚੈਲੰਜ ਕਬੂਲ ਕਰਦੇ ਹਾਂ, ਜਿੱਥੇ ਕਹੋਗਾ ਆਪਾਂ ਉੱਥੇ ਜਾਵਾਂਗੇ। ਮੈਂ ਸੋਨੀਆ ਗਾਂਧੀ ਜੀ ਨੂੰ ਗੱਲ ਕੀਤੀ, ਮੈਂ ਕਿਸੇ ਨੂੰ ਫੋਨ ਕਰਕੇ ਦੱਸਿਆ ਕਿ ਆ ਕਿਸੇ ਚੈਨਲ 'ਤੇ ਉਹ ਬੋਲ ਰਿਹਾ ਅਤੇ ਆਪਾਂ ਤੁਸੀਂ ਇੱਥੋਂ ਦੇਖੋ ਨਾ, ਹੁਣ ਮਖੌਟਾ ਦੇਖੋ ਇਹਨਾਂ ਦਾ, ਪੰਥਕ ਨੂੰ ਮਖੌਟਾ ਨੰਗਾ ਹੋ ਰਿਹਾ ਨਾ, ਉੱਥੇ ਤਾਂ ਕਹਿੰਦੇ ਆ ਕਿ ਅਸੀਂ ਪੰਥਕ ਲੋਕ ਨਹੀਂ, ਅਸੀਂ ਪੰਥਕ ਲੋਕ ਹਾਂ, ਅਤੇ ਤੁਸੀਂ ਉਸ ਪਰਿਵਾਰ ਦੇ ਖਿਲਾਫ ਉਸ ਮਾਂ ਬਾਪ ਨੂੰ ਕਹਿ ਰਹੇ ਹੋ ਜਿਹਨੇ 1.5 ਸਾਲ ਤੋਂ ਆਪਦੇ ਬੱਚੇ ਦਾ ਮੂੰਹ ਦੇਖਣ ਨੂੰ ਤਰਸੇ ਪਏ ਆ, ਜਿਹਨਾਂ ਦੇ ਬੱਚਿਆਂ ਦੇ ਬਿਨਾਂ ਗੱਲ ਤੋਂ ਇੰਨੇ ਸੇ ਲਾ ਦਈਏ, ਉਹਨਾਂ ਮਾਪਿਆਂ ਨੂੰ ਭਿੜਦੇ ਪਏ ਹੋ ਤੁਸੀਂ, ਤੁਹਾਨੂੰ ਤਾਂ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ, ਅਕਾਲੀ ਦਲ ਨੂੰ ਉੱਥੋਂ ਸੀਟ ਛੱਡ ਦੇਣੀ ਚਾਹੀਦੀ ਸੀ ਤਾਂ ਕਿ ਲੋਕਾਂ ਦੀ ਹਮਦਰਦੀ ਹੋਰਾਂ ਸੀਟਾਂ ਤੋਂ ਮਿਲ ਜਾਂਦੀ, ਇਹਨਾਂ ਨੇ ਸਭ ਤੋਂ ਵੱਡਾ ਟਕੈਤ ਉੱਥੋਂ ਖੜਾ ਕਰਤਾ, ਅਤੇ ਜਿਹੜਾ ਅੱਜ ਨਫ਼ਰਤ ਬਣ ਰਿਹਾ, ਤੁਸੀਂ ਉਹਨਾਂ ਦੇ ਪਰਿਵਾਰ ਨਾਲ ਖੜਨ ਦੀ ਬਜਾਏ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਤਕਲੀਫਾਂ ਦੇ ਰਹੇ ਹੋ। ਕਿੰਨੇ ਦਿਨਾਂ ਦਾ ਉੱਥੇ ਮੋਰਚਾ ਰਾਹੀਂ ਬੈਠਾ ਸੀ ਪਰਿਵਾਰ, ਇਹਨਾਂ ਚੋਂ ਅਕਾਲੀਆਂ ਨੂੰ ਇੱਕ ਵੀ ਗਿਆ, ਅਸੀਂ ਉਸ ਮੋਰਚੇ 'ਤੇ ਹਾਜ਼ਰ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਵੋਟਿੰਗ ਹੋਣੀ ਹੈ ਅਤੇ ਇਸ ਸਮੇਂ ਉਮੀਦਵਾਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਪਰ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਜੇਕਰ ਹੌਟ ਸੀਟਾਂ ਦੀ ਗੱਲ ਕਰੀ ਜਾਵੇ ਤਾਂ ਇਸ ਸਮੇਂ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਜੋ ਕਿ ਚਰਚਾ ਦੇ ਵਿੱਚ ਆਈ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਆਜ਼ਾਦ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ, ਅਤੇ ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਨੇ ਇੱਕ ਚੈਲੰਜ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿ ਜੇਕਰ ਉਹ ਉਹਨਾਂ ਦੇ ਨਾਲ ਡਿਬੇਟ ਦੇ ਵਿੱਚ ਜਿੱਤ ਗਏ ਤਾਂ ਉਹ ਕਾਗਜ਼ ਵਾਪਸ ਲੈ ਲੈਣਗੇ, ਨਹੀਂ ਤਾਂ ਫਿਰ ਭਾਈ ਅੰਮ੍ਰਿਤਪਾਲ ਕਾਗਜ਼ ਵਾਪਸ ਲੈ ਲੈਣ। ਹਾਲਾਂਕਿ ਭਾਈ ਅੰਮ੍ਰਿਤਪਾਲ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਇਸ ਸਮੇਂ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਪਰ ਉੱਥੇ ਹੀ ਕਾਂਗਰਸ ਦੇ ਸਾਬਕਾ ਲੀਡਰ ਅਤੇ ਇਸ ਸਮੇਂ ਆਜ਼ਾਦ ਚੋਣ ਲੜ ਰਹੇ ਬਰਾੜ ਸਾਹਿਬ ਨੇ ਉਹ ਇਸ ਮੌਕੇ 'ਤੇ ਵੱਡਾ ਚੈਲੰਜ ਕਬੂਲ ਕਰਦੇ ਹੋਏ ਉਲਟਾ ਬਿਰਸਾ ਸਿੰਘ ਬਲਟੋਹਾ ਬਾਰੇ ਹੀ ਕੁਝ ਗੱਲਾਂ ਕਹਿ ਦਿੱਤੀਆਂ। ਦੋਸਤੋ, ਤੁਸੀਂ ਕੀ ਕਹੋਗੇ ਇਸ ਚੈਲੰਜ ਬਾਰੇ ਅਤੇ ਬਿਰਸਾ ਸਿੰਘ ਬਲਟੋਹਾ ਕੀ ਤੁਹਾਨੂੰ ਇਸ ਮਾਮਲੇ 'ਤੇ ਸਹੀ ਲੱਗਦੇ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ, ਅਤੇ ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ? ਲਾਲਜੀਤ ਸਿੰਘ ਭੁੱਲਰ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਤੋਂ, ਉਹ ਉਮੀਦਵਾਰ ਨੇ ਸ਼੍ਰੀ ਖਡੂਰ ਸਾਹਿਬ ਤੋਂ, ਕੀ ਤੁਹਾਨੂੰ ਲੱਗਦਾ ਉਹ ਜੇਤੂ ਹੋਣਗੇ ਜਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ, ਜਿਨ੍ਹਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਮਰਥਨ ਦੇ ਦਿੱਤਾ ਗਿਆ? ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਖਡੂਰ ਸਾਹਿਬ ਤੋਂ, ਅਤੇ ਬਿਰਸਾ ਸਿੰਘ ਬਲਟੋਹਾ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ, ਅਤੇ ਉੱਥੇ ਹੀ BJP ਨੇ ਦਾਅ ਖੇਡਿਆ ਮਨਜੀਤ ਸਿੰਘ ਮੰਨਾ 'ਤੇ, ਜੋ ਕਿ ਹੁਣੇ ਪਿਛਲੇ ਦਿਨੀ ਹੀ BJP ਦੇ ਵਿੱਚ ਸ਼ਾਮਲ ਹੋਏ ਸਨ। ਤੁਹਾਨੂੰ ਕੀ ਲੱਗਦਾ ਇਹਨਾਂ ਉਮੀਦਵਾਰਾਂ ਦੇ ਵਿੱਚੋਂ ਕਿਹੜਾ ਉਮੀਦਵਾਰ 4 ਜੂਨ ਨੂੰ MP ਦੀ ਇੱਕ ਵੱਡੀ ਜਿੱਤ ਹਾਸਲ ਕਰੇਗਾ ਸ਼੍ਰੀ ਖਡੂਰ ਸਭਾ ਲੋਕ ਸਭਾ ਸੀਟ ਤੋਂ, ਸ਼੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜ਼ਰੂਰ ਕਮੈਂਟ ਕਰਕੇ ਦੱਸਣਾ। ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਚੈਲੰਜ ਵੱਲ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਜਿਸ ਦੇ ਨਾਲ ਕਹਿ ਸਕਦੇ ਹਾਂ ਕਿ ਇਸ ਗਰਮੀ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਗਰਮ ਹੋ ਗਿਆ। ਬਿਰਸਾ ਸਿੰਘ ਬਟੋਹਾ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਚੈਲੰਜ ਕੀਤਾ ਵੀ ਆਪਾਂ ਮੁੱਦਿਆਂ ਦੇ ਉੱਤੇ ਬਹਿਸ ਕਰ ਲਈਏ, ਜੇ ਮੈਂ ਮੁੱਦਿਆਂ ਤੋਂ ਘੱਟ ਗਿਆ ਹੱਕ, ਜੇ ਮੈਂ ਹਾਰ ਗਿਆ ਤਾਂ ਮੈਂ ਮੁੱਦਾ ਛੱਡਾਂਗਾ। ਬਿਰਸਾ ਸਿੰਘ ਬਟੋਹਾ ਨੂੰ ਖੁੱਲ੍ਹਾ ਚੈਲੰਜ ਆ, ਖੁੱਲ੍ਹਾ ਚੈਲੰਜ ਆ ਮੰਦਬੁੱਧੀ ਬੰਦੇ ਨੂੰ ਕਿ ਤੂੰ ਆਪਦਾ ਥਾਂ ਜਗ੍ਹਾ ਤੇਰੀ ਨੂੰ
ਟਾਈਮ ਤੇਰਾ ਹੋਊ, ਮੀਡੀਆ ਤੇਰਾ ਹੋਊ, ਜਿੱਥੇ ਕਹੇਗਾ ਤੇਰੇ ਬਾਲ ਨੂੰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਸਕਦਾ, ਸਾਰੇ ਮੀਡੀਆ ਨੂੰ ਕਹੋ ਆਪਣਾ ਖੁੱਲ੍ਹਾ ਚੈਲੇਂਜ ਹੈ ਸਸੀ ਨੂੰ ਤੋਰੇ ਖੁੱਲ੍ਹਾ ਚੈਲੇਂਜ ਕਬੂਲ ਕਰਦੇ ਹਾਂ, ਜਿੱਥੇ ਕਹੂਗਾ ਆਪਾਂ ਉੱਥੇ ਜਾਵਾਂਗੇ। ਮੈਂ ਸੁਣਿਆ ਤੁਸੀਂ ਵੀ ਗੱਲ ਕੀਤੀ, ਮੈਂ ਕਿਸੇ ਨੂੰ ਫੋਨ ਕਰਕੇ ਦੱਸਿਆ ਕਿ ਆ ਕਿਸੇ ਚੈਨਲ 'ਤੇ ਉਹ ਬੋਲ ਰਿਹਾ ਹੈ ਅਤੇ ਆਪਾਂ ਤੁਸੀਂ ਇੱਥੋਂ ਦੇਖੋ ਨਾ, ਹੁਣ ਮਖੌਟਾ ਦੇਖੋ ਇਹਨਾਂ ਦਾ, ਪੰਥਕ ਮਖੌਟਾ ਨੰਗਾ ਹੋ ਰਿਹਾ ਨਾ, ਉੱਥੇ ਤਾਂ ਕਹਿੰਦੇ ਆ ਕਿ ਅਸੀਂ ਪੰਥਕ ਲੋਕ ਨਹੀਂ, ਅਸੀਂ ਪੰਥਕ ਲੋਕ ਹਾਂ, ਅਤੇ ਤੁਸੀਂ ਉਸ ਪਰਿਵਾਰ ਦੇ ਖਿਲਾਫ ਉਸ ਮਾਂ ਬਾਪ ਨੂੰ ਕਹਿ ਰਹੇ ਹੋ ਜਿਹੜੇ 1.5 ਸਾਲ ਤੋਂ ਆਪਦੇ ਬੱਚੇ ਦਾ ਮੂੰਹ ਦੇਖਣ ਨੂੰ ਤਰਸੇ ਪਏ ਆ, ਜਿਨ੍ਹਾਂ ਦੇ ਬੱਚਿਆਂ ਦੇ ਬਿਨਾਂ ਗੱਲ ਤੋਂ ਨਸੇ ਲਾਤੀ, ਉਹਨਾਂ ਮਾਪਿਆਂ ਨੂੰ ਭਿੜਦੇ ਪਏ ਤੁਸੀਂ, ਉਹਨੂੰ ਤਾਂ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ, ਅਕਾਲੀ ਦਲ ਨੂੰ ਉੱਥੋਂ ਸੀਟ ਛੱਡ ਦੇਣੀ ਚਾਹੀਦੀ ਸੀ ਤਾਂ ਕਿ ਲੋਕਾਂ ਦੀ ਹਮਦਰਦੀ ਹੋਰਾਂ ਸੀਟਾਂ ਤੋਂ ਮਿਲ ਜਾਂਦੀ, ਅਤੇ ਇਹਨਾਂ ਨੇ ਸਭ ਤੋਂ ਵੱਡਾ ਟਕਾਇਆ ਉੱਥੋਂ ਖੜਾ ਕਰਤਾ, ਅਤੇ ਜਿਹੜਾ ਅੱਜ ਨਫ਼ਰਤ ਬਣ ਰਿਹਾ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਖੜਨ ਦੀ ਬਜਾਏ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਤਕਲੀਫਾਂ ਦੇ ਰਹੇ ਹੋ। ਕਿੰਨੇ ਦਿਨਾਂ ਦਾ ਉੱਥੇ ਮੋਰਚਾ ਦਾ ਇਕੱਠਾ ਸੀ ਪਰਿਵਾਰ, ਇਹਨਾਂ 'ਚੋਂ ਅਕਾਲੀਆਂ ਨੂੰ ਇੱਕ ਵੀ ਗਿਆ, ਅਸੀਂ ਉਸ ਮੋਰਚੇ 'ਤੇ ਆ ਜਾਈਏ।